ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਮਾਮਾ ਧੀਆਂ ਦੀ ਦਰਦਨਾਕ ਮੌਤ ਹੋ ਗਈ। ਦੱਸਦੇ ਕਿ ਹੋਲੇ ਮਹੱਲੇ ਤੋਂ ਵਾਪਸ ਪਰਤਦੇ ਸਮੇਂ ਇਹ ਭਿਆਨਕ ਹਾਦਸਾ ਹੋਇਆ। ਸਾਹਮਣੇ ਤੋਂ ਆ ਰਹੇ ਟਿੱਪਰ ਨੇ ਜ਼ੋਰਦਾਰ ਟੱਕਰ ਮਾਰੀ ਔਰ ਮਾਂ ਅਤੇ ਉਸਦੀ 6 ਸਾਲ ਦੀ ਧੀ ਨੂੰ ਕੁਚਲਦਾ ਹੋਇਆ ਇਹ ਟਿੱਪਰ ਅੱਗੇ ਲੰਘਿਆ। ਮੁਕੇਰੀਆਂ ਤਲਵਾੜਾ ਮਾਰਗ ਦੇ ਅੱਡਾ ਦਗਨ ਨਜ਼ਦੀਕ ਖੜੇ ਮੋਟਰਸਾਈਕਲ ਸਵਾਰਾਂ ਨੂੰ ਇਸ ਟਿੱਪਰ ਦੇ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ, ਜਿਸ ਦੇ ਨਾਲ ਮਾਂ ਤੇ ਉਸਦੀ 6 ਸਾਲ ਦੀ ਧੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਪਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬਾਈਕ ਸਵਾਰ ਪਰਿਵਾਰ ਗੁਰਦਾਸਪੁਰ ਦੇ ਪਿੰਡ ਵੋਟਰ ਜੱਟਾਂ ਦਾ ਰਹਿਣ ਵਾਲਾ ਹੈ। ਬਾਈਕ ਚਾਲਕ ਮ੍ਰਿਤਕ ਮਹਿਲਾ ਦੇ ਪਤੀ ਨੇ ਦੱਸਿਆ ਕਿ ਉਹ ਸੜਕ ਦੇ ਕਿਨਾਰੇ ਖੜਾ ਹੋਣ ਲੱਗਾ ਸੀ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਹਨਾਂ ਨੂੰ ਟੱਕਰ ਮਾਰੀ, ਜਿਸ ਦੇ ਵਿੱਚ ਉਸਦੀ ਪਤਨੀ ਤੇ ਉਸਦੀ 6 ਸਾਲ ਦੀ ਬੱਚੀ ਨੂੰ ਟਰੱਕ ਦਰੜ ਕੇ ਅੱਗੇ ਲੰਘ ਗਿਆ। ਥਾਈ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਦੇ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਛਾ ਜੀ, ਕਿਸੇ ਹੋਰ ਬਾਈਕ ਨਾਲ ਵੀ ਤੁਹਾਡਾ ਐਕਸੀਡੈਂਟ ਹੋਇਆ? ਨਹੀਂ, ਹੋਰ ਬਾਈਕ ਨਾਲ ਯਾਰ, ਟਰੱਕ ਨਾਲ ਹੋਇਆ ਸੀ। ਟਰੱਕ ਨਾਲ ਹੋਇਆ ਜੀ? ਉੱਥੇ ਹੀ ਲੱਗੇ ਦਾ ਟਰੱਕ। ਅੱਛਾ ਜੀ, ਤੇ ਤੁਹਾਡੇ ਨਾਲ ਕੌਣ ਕੌਣ ਸੀਗਾ ਜੀ? ਮੇਰੇ ਨਾਲ ਮੇਰੀ ਘਰ ਦੀ, ਮੇਰੀ ਇੱਕ 6 ਸਾਲ ਦੀ ਕੁੜੀ ਆ ਮੇਰੀ ਇੱਕ। ਹਾਂਜੀ, ਤੇ ਵਾਈਫ ਤੁਹਾਡੀ ਦਾ ਕੀ ਨਾਮ ਸੀਗਾ? ਮੁਸਤਾਨ। ਓਕੇ ਜੀ, ਤੇ ਬੱਚੀ ਦਾ? ਬੱਚੀ ਦਾ ਨਾਮ ਹਰਮਨ। ਹਰਮਨ ਉਹ ਨਹੀਂ ਲੱਭੇ ਘਰ ਦੀ, ਪਤਾ ਨਹੀਂ ਕੌਣ ਲੈ ਗਿਆ ਉਹਨੂੰ, ਉਹ ਕੁੜੀ ਸੈਮੀ ਪੀ ਦਿਆ ਮੇਰੇ ਸੋਣ। ਓਕੇ ਜੀ, ਪਤਾ ਲੱਗਣਾ ਚਾਹੀਦਾ ਕਿਹਨੇ ਕਿਹਨੇ ਖੜੀ ਆ ਕੁੜੀ ਮੇਰੀ, ਉਹਦਾ ਨਹੀਂ ਪਤਾ ਲੱਗੇ ਕਰਦਾ ਬੱਚੀ ਆ ਜਾ ਨਹੀਂ ਬੱਚੀ। ਠੀਕ ਹੈ ਜੀ, ਉਹਦਾ ਪਤਾ ਹੋਣਾ ਚਾਹੀਦਾ ਮੇਰੇ ਰਿਸ਼ਤੇਦਾਰ। ਤੁਸੀਂ ਕਿੱਥੋਂ ਆ ਰਹੇ ਸੀਗੇ? ਬਾਬੇ ਧਵਾਂ ਦੇ। ਓਕੇ ਜੀ, ਬਾਬਾ ਪੜਵਾਗ ਸਿੰਘ ਦੇ? ਹਾਂਜੀ। ਓਕੇ ਜੀ, ਘਟਨਾ ਇਹ ਹੋਈ ਹੈ ਜੀ, ਆਪਾਂ ਗਏ ਸੀਗੇ ਬਾਬਾ ਵਿਭਾਗ ਸਿੰਘ ਦੇ ਦਰਸ਼ਨ ਕਰਨ ਵਾਸਤੇ, ਔਰ ਉਹ ਤੋਂ ਵਾਪਸੀ ਕਰ ਰਹੇ ਸੀ। ਸਾਰੀ ਵਾਪਸੀ ਕਰਕੇ ਤੇ ਇੱਥੇ ਪਹੁੰਚੇ, ਤੁਹਾਡੇ ਆਪਣੇ ਮਕੇਰੀਆਂ ਏਰੀਆ ਦੇ ਲਾਗੇ ਸਾਗੇ। ਬਸ ਇੱਥੇ ਪਤਾ ਨਹੀਂ, ਮਤਲਬ ਕਿ ਮੈਂ ਤੇ ਪਿੱਛੇ ਸੀਗਾ ਤੇ ਇਹ ਮੇਰੇ ਅੱਗੇ ਚੱਲ ਰਿਹਾ ਜੀ, ਤੇ ਪਤਾ ਨਹੀਂ ਐਕਸੀਡੈਂਟ ਕਿਹੜੀ ਚੀਜ਼ ਨਾਲ ਹੋਇਆ, ਮੋਟਰਸਾਈਕਲ ਦੇ ਨਾਲ ਮੋਟਰਸਾਈਕਲ ਟਕਰਾਇਆ ਜਾਂ ਟਿੱਪਰ ਥੱਲੇ ਆਏ ਆ, ਪਤਾ ਨਹੀਂ ਕੀ ਹਿਸਾਬ ਕਿਤਾਬ ਹੋਇਆ। ਮੇਰੇ ਚਾਚਾ ਜੀ ਗਏ, ਉਹ ਡਿੱਗਣ ਦੇ ਨਾਲ ਟਿੱਪਰ ਥੱਲੇ ਉਹਦੀ ਬੇਟੀ ਆ ਗਈ, ਜਿਹਦੀ ਉਹਦੀ ਮੌਤ ਹੋ ਗਈ, ਉਹਦੀ ਜਿਹੜੀ ਵਾਈਫ ਦੀ ਵੀ ਮੌਤ ਹੋ ਚੁੱਕੀ ਸੀ।